students, today's my topic is post-Marxism. Post-Marxism de bare janan to pehla sade dimag vich asi eh janna chahange ki post-Marxism the meaning ki hunda hai, post-Marxism hunda ki hai and components of post-Marxism. Is de kede kede component han jo post-Marxism nu banande han. Post-Marxism nu janan to pehla sab to pehla asi Marxism bare jande han. Marxism ek ajehi vichardhara si jis adin vak vak desha vich ki hai ek communism adin ek vichardhara develop kiti gayi si jis adin eh te ek eh kiya gaya si ki jehda mazdoor varg hai usda shoshan hai jehda punjivadi varg dwara kita janda hai. ਪੂੰਜੀਵਾਦੀ ਵਰਗ ਸਾਡਾ ਜ਼ਿੰਮੇਦਾਰ ਵਰਗ ਸੀ ਸ਼ਾਹੂਕਾਰ ਵਰਗ ਸੀ ਠੀਕ ਹੈ ਇਹਨਾਂ ਦੁਆਰਾ ਕੀ ਹੈ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ ਤੇ ਕਾਰਲ ਮਾਰਕਸ ਸੀਗੇ ਉਹਨਾਂ ਨੇ ਮਾਰਕਸਿਸਟ ਥਿਊਰੀ ਦਿੱਤੀ ਸੀ ਜਿਸ ਵਿੱਚ ਇਹ ਕਿਹਾ ਸੀਗਾ ਕਿ ਮਾਰਕਸਿਜ਼ਮ ਵਿੱਚ ਕਾਰਲ ਮਾਰਕਸ ਕਹਿੰਦੇ ਸੀਗੇ ਕਿ ਇੱਕ ਸਮਾਂ ਅਜਿਹਾ ਆਵੇਗਾ ਜਿਸ ਦਾ ਜਦੋਂ ਕੀ ਹੈ ਮਜ਼ਦੂਰ ਹੈ ਜਿਹੜੇ ਉਹ ਇੱਕ ਕ੍ਰਾਂਤੀ ਕਰਾਂਗੇ ਇੱਕ ਵਿਦਰੋਹ ਕਰਾਂਗੇ ਕਿਸ ਦੇ ਅਗੇਂਸਟ ਪੂੰਜੀਵਾਦੀ ਵਰਗ ਦੇ ਅਧੀਨ ਠੀਕ ਹੈ ਤੇ ਵਰਗ ਦੇ ਅਧੀਨ ਕਰਾਂਗੇ ਤੇ ਉਸ ਟਾਈਮ ਜਿਹੜਾ ਸਮਾਜ ਉਹ ਸਥਾਪਿਤ ਕਰਾਂਗੇ ਉਹ ਰਾਜ ਰਹਿਤ ਹੋਵੇਗਾ ਕਿ ਸਟੇਟ ਉਸ ਵਿੱਚ ਨਹੀਂ ਹੋਵੇਗੀ ਕਿਉਂਕਿ ਸਟੇਟ ਹੈ ਜਿਹੜਾ ਮਾਰਕਸਿਜ਼ਮ ਸਟੇਟ ਨੂੰ ਕੀ ਹੈ ਇੱਕ ਸ਼ੋਸ਼ਣ ਦਾ ਸਾਧਨ ਮੰਨਦੇ ਹਨ ਸੋ ਮਾਰਕਸਿਜ਼ਮ ਅਕੋਰਡਿੰਗ ਇਹ ਕਿਹਾ ਗਿਆ ਕਿ ਜਿਹੜਾ ਜਦੋਂ ਇਹ ਸਮਾਜ ਦਾ ਨਿਰਮਾਣ ਕੀਤਾ ਜਾਵੇਗਾ ਉਸ ਸਮੇਂ ਜਦੋਂ ਜਿਹੜਾ ਸਮਾਜ ਬਣੇਗਾ ਉੱਥੇ ਕੀ ਹੈ ਰਾਜ ਨਹੀਂ ਹੋਵੇਗਾ ਠੀਕ ਹੈ ਵਰਗ ਰਹਿਤ ਸਮਾਜ ਦੀ ਸਥਾਪਨਾ ਕੀਤੀ ਜਾਵੇਗੀ ਇਸ ਤਰ੍ਹਾਂ ਦੀ ਕਈ ਉਹਨਾਂ ਨੇ ਆਪਣੀ ਵਿਚਾਰਧਾਰਾ ਆਈਡੀਓਲੋਜੀ ਨੂੰ ਪੇਸ਼ ਕੀਤਾ ਸੀ ਠੀਕ ਹੈ ਉਸ ਤੋਂ ਬਾਅਦ ਜਿਹੜੀ ਹੁਣ ਵਿਚਾਰਧਾਰਾ ਆਈ ਮਾਰਕਸਿਜ਼ਮ ਤੋਂ ਬਾਅਦ ਜਿਹੜੀ ਵਿਚਾਰਧਾਰਾ ਆਈ ਅਸੀਂ ਉਸਨੂੰ ਪੋਸਟ ਮਾਰਕਸਿਜ਼ਮ ਕਹਿੰਦੇ ਹਾਂ ਆਓ ਸਾਡਾ ਅੱਜ ਦਾ ਟੋਪਿਕ ਹੁਣ ਅਸੀਂ ਸਟਾਰਟ ਕਰਦੇ ਹਾਂ ਪੋਸਟ ਮਾਰਕਸਿਜ਼ਮ ਪੋਸਟ ਮਾਰਕਸਿਜ਼ਮ ਹੈ ਜਿਹੜਾ ਇਹ ਇੱਕ ਦਾਰਸ਼ਨਿਕ ਸਮਾਜਿਕ ਸਿਧਾਂਤਵਾਦੀਆਂ ਦੁਆਰਾ ਕਿ ਇਹ ਕਾਰਲ ਮਾਰਕਸ ਅਤੇ ਹੋਰ ਮਾਰਕਸਵਾਦੀਆਂ ਨੂੰ ਕੀ ਹੈ ਇੱਕ ਰੂੜੀਵਾਦੀ ਮਾਰਕਸਵਾਦ ਦੱਸ ਕੇ ਜਿਹੜਾ ਉਸਦੇ ਸੰਬੰਧੀ ਉਹਨਾਂ ਨੇ ਆਪਣੀ ਵਿਚਾਰਧਾਰਾ ਨੂੰ ਪੇਸ਼ ਕੀਤਾ ਹੈ ਠੀਕ ਹੈ ਜਿਸ ਵਿੱਚ ਕੀ ਹੈ ਮੂਲ ਪਦਾਰਥਵਾਦ ਉਹਨਾਂ ਨੇ ਕੀ ਹੈ ਮਟੀਰੀਅਲਿਜ਼ਮ ਤੇ ਬੇਸਡ ਇੱਕ ਥਿਅਰੀ ਦਿੱਤੀ ਸੀ ਕਾਰਲ ਮਾਰਕਸ ਨੇ ਠੀਕ ਹੈ ਤੋ ਉਸਦੇ ਮੂਲ ਪਦਾਰਥਵਾਦ ਦੇ ਵਿਰੋਧ ਵਿੱਚ ਕੀ ਹੈ ਕਿਹਾ ਕਿ ਜਿਹੜਾ ਸਟੇਟ ਹੈ ਇੱਕ ਅਜਿਹਾ ਇੰਸਟਰੂਮੈਂਟ ਨਹੀਂ ਹੈ ਜਿਹੜਾ ਕਿ ਹਮੇਸ਼ਾ ਤੋਂ ਸ਼ੋਸ਼ਣ ਕਰਦਾ ਆਉਂਦਾ ਹੈ ਠੀਕ ਹੈ ਉਹ ਕਿਸੇ ਖਾਸ ਵਰਗ ਦੇ ਹਿੱਤਾਂ ਲਈ ਕੰਮ ਕਰਦਾ ਨਹੀਂ ਆਉਂਦਾ ਹੈ ਠੀਕ ਹੈ ਤੋ ਇਸ ਪ੍ਰਕਾਰ ਜਿਹੜਾ ਪੋਸਟ ਮਾਰਕਸਿਜ਼ਮ ਦਾ ਜਿਹੜਾ ਇਹ ਹਾਲ ਹੈ ਉਹ ਲਲਾਕੂ ਐਂਡ ਮੋਰਫੀ ਦੁਆਰਾ ਕੀ ਇਸ ਨੂੰ ਐਕਸਪਲੇਨ ਕੀਤਾ ਹੈ ਅਤੇ ਜਿਸ ਨੂੰ ਕੀ ਹੈ ਪੋਸਟ ਮਾਰਕਸਿਜ਼ਮ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਅਸੀਂ ਪੋਸਟ ਮਾਰਕਸਿਜ਼ਮ ਦੇ ਮੀਨਿੰਗ ਬਾਰੇ ਜਾਣ ਲੈਂਦੇ ਹਾਂ What is post-Marxism? Post-Marxism ਇੱਕ ਅਜਿਹੀ ਸਿਧਾਂਤਿਕ ਸਥਿਤੀ ਹੈ ਜਿਸ ਦਾ ਸੰਬੰਧ ਕੀ ਹੈ ਮਾਰਕਸਵਾਦ ਦੇ ਪਤਨ ਦੀ ਵੈਸ਼ਵਿਕ ਅਤੇ ਸੰਸਕ੍ਰਿਤਿਕ ਰਾਜਨੀਤਿਕ ਸ਼ਕਤੀ ਦੀ ਮਾਰਕਸਵਾਦੀ ਛਵੀ ਨੂੰ ਬਚਾਉਣਾ ਸੀ ਭਾਵ ਕਿ ਮਾਰਕਸਿਜ਼ਮ ਦੇ ਰਿਐਲਿਟੀ ਵਿੱਚ ਕੀ ਅਰਥ ਸੀ ਉਸਦੀ ਜਿਹੜੀ ਰਿਐਲਿਟੀ ਵਿੱਚ ਜਿਹੜੀ ਛਵੀ ਸੀ ਉਸਦਾ ਜਿਹੜਾ ਸਰੂਪ ਸੀ ਉਸਨੂੰ ਬਚਾਉਣਾ ਸੀ ਠੀਕ ਹੈ ਮਾਰਕਸਵਾਦ ਦੇ ਪਤਨ ਕਿਉਂ ਹੋਇਆ ਕਿਉਂਕਿ ਉਸਦਾ ਜਿਹੜਾ ਵੈਸ਼ਵਿਕ ਅਤੇ ਸੰਸਕ੍ਰਿਤਿਕ ਜਿਹੜੀ ਸ਼ਕਤੀ ਸੀ ਰਾਜਨੀਤਿਕ ਸ਼ਕਤੀ ਸੀ ਉਸਨੂੰ ਕੀ ਹੈ ਮਾਰਕਸਵਾਦੀ ਰੂਪ ਦੁਆਰਾ ਮਾਰਕਸਵਾਦੀਆਂ ਦੁਆਰਾ ਪ੍ਰੋਪਰ ਰੂਪ ਵਿੱਚ ਪੇਸ਼ ਨਹੀਂ ਕੀਤਾ ਗਿਆ ਸੋ ਪੋਸਟ ਮਾਰਕਸਿਜ਼ਮ ਅਧੀਨ ਹੈ ਜਿਹੜਾ ਮਾਰਕਸਿਜ਼ਮ ਦੀ ਜਿਹੜੀ ਫਿਲੋਸਫੀ ਸੀ ਉਸਨੂੰ ਰਿਐਲਿਟੀ ਵਿੱਚ ਕੀ ਸੀ ਠੀਕ ਹੈ ਉਸਨੂੰ ਪੇਸ਼ ਕਰਨਾ ਸੀ ਉਸ ਰੂਪ ਨੂੰ ਪੇਸ਼ ਕਰਨਾ ਸੀ ਉਸ ਛਵੀ ਨੂੰ ਪੇਸ਼ ਕਰਨਾ ਸੀ ਪੋਸਟ ਮਾਡਰਨਿਜ਼ਮ ਪਲੱਸ ਫੈਮਿਨਿਜ਼ਮ ਨੇ ਇਸ ਨੂੰ ਪ੍ਰਭਾਵਿਤ ਕੀਤਾ ਅਤੇ ਆਪਣੇ ਮਾਰਕਸਵਾਦੀ ਅਤੀਤ ਦੇ ਲਈ ਖੇਦ ਪ੍ਰਗਟ ਕੀਤਾ ਉਹਨਾਂ ਨੇ ਪੋਸਟ ਮਾਰਕਸਿਜ਼ਮ ਜਿਵੇਂ ਕਿ ਲਲਾਕੂ ਐਂਡ ਮੋਰਫੀ ਨੇ ਕੀ ਹੈ ਮਾਰਕਸਵਾਦੀ ਸਿਧਾਂਤ ਨੂੰ ਦੁਬਾਰਾ ਨਿਰਧਾਰਿਤ ਕੀਤਾ ਤੇ ਉਹਨਾਂ ਨੇ ਜਦੋਂ ਮਾਰਕਸ ਉਹਨਾਂ ਲਲਾਕੂ ਐਂਡ ਮੋਰਫੀ ਨੇ ਇਹ ਵੇਖਿਆ ਕਿ ਮਾਰਕਸਵਾਦੀਆਂ ਦੁਆਰਾ ਮਾਰਕਸਿਜ਼ਮ ਦੀ ਜਿਹੜੀ ਵਿਚਾਰਧਾਰਾ ਨੂੰ ਪ੍ਰੋਪਰ ਰੂਪ ਵਿੱਚ ਪੇਸ਼ ਨਹੀਂ ਕੀਤਾ ਗਿਆ ਪ੍ਰੋਪਰਲੀ ਐਕਸਪਲੇਨ ਨਹੀਂ ਕੀਤਾ ਗਿਆ ਠੀਕ ਹੈ ਉਸ ਸਰੂਪ ਦਾ ਨਹੀਂ ਦਿਖਾਇਆ ਗਿਆ ਜਿਸ ਸਰੂਪ ਦਾ ਉਹ ਸੀ ਮਾਰਕਸਵਾਦ ਠੀਕ ਹੈ ਤੋ ਉਸ ਰੂਪ ਨੂੰ ਬਚਾਉਣ ਲਈ ਉਸ ਛਵੀ ਨੂੰ ਬਚਾਉਣ ਲਈ ਕੀ ਹੈ ਮਾਰਕਸਵਾਦ ਨੂੰ ਦੁਬਾਰਾ ਨਿਰਧਾਰਿਤ ਕਰਨ ਲਈ ਕਿਹਾ ਠੀਕ ਹੈ
ਤਾਂ ਕਿ ਪੋਸਟ ਸਟਰਕਚਰਲਿਜ਼ਮ, ਪੋਸਟ ਮਾਡਰਨਿਜ਼ਮ ਐਂਡ ਫੈਮਿਨਿਜ਼ਮ ਦਾ ਮੁਕਾਬਲਾ ਜਿਹੜਾ ਪੋਸਟ ਮਾਰਕਸਿਜ਼ਮ ਕਰ ਸਕੇ। ਅਕੋਰਡਿੰਗ ਟੂ ਲਲਾਕੂ ਐਂਡ ਮੋਰਫੀ ਨੇ ਕੀ ਹੈ ਆਪਣੇ ਵਿਵਾਦ ਬਾਰੇ ਕੰਮ ਤੋਂ ਹੈਜੀਮਨੀ ਸੋਸ਼ਲਿਸਟ ਸਟ੍ਰੈਟਜੀ ਟੂਵਰਡਸ ਆ strategy towards a radical democracy politics in 1985 ਵਿੱਚ ਇਹ ਦਰਸਾਇਆ ਕਿ ਮਾਰਕਸਵਾਦ ਹੈ ਜਿਹੜਾ ਉਹ ਇੱਕ ਮਹੱਤਵਪੂਰਨ ਵਿਚਾਰ ਹੈ ਜਿਹੜਾ ਪ੍ਰਸਤੁਤ ਨਹੀਂ ਕਰ ਸਕਿਆ। ਕਿਉਂ? ਕਿਉਂਕਿ ਮਾਰਕਸ ਪੋਸਟ ਮਾਰਕਸਿਜ਼ਮ ਨੂੰ ਉਸੇ ਸਰੂਪ ਵਿੱਚ ਦਿਖਾਉਣਾ ਸੀ ਜਿਹੜਾ ਕਿ ਮਾਰਕਸਵਾਦ ਮਾਰਕਸਿਜ਼ਮ ਦਾ ਅਸਲੀ ਰੂਪ ਸੀ, ਅਸਲੀ ਸਰੂਪ ਸੀ। ਤੋ ਲਲਾਕੂ ਐਂਡ ਮੋਰਫੀ ਨੇ ਕੀ ਆ ਆਪਣੀ ਬੁੱਕ ਵਿੱਚ, ਉਹਨਾਂ ਦੀ ਬੁੱਕ ਸੀ Socialist Strategy Towards Our Radical Democracy Politics in 1985 ਵਿੱਚ ਕੀ ਉਹਨੇ ਆਪਣੀ ਬੁੱਕ ਵਿੱਚ ਪੋਸਟ ਮਾਰਕਸਿਜ਼ਮ ਵਿੱਚ ਮਾਰਕਸਿਜ਼ਮ ਦੇ ਅਸਲੀ ਰੂਪ ਨੂੰ ਪੇਸ਼ ਕਰਨ ਲਈ ਕਿਹਾ। ਮਾਰਕਸਵਾਦ ਹੈ ਜਿਹੜਾ ਉਹ ਰਾਜਨੀਤਿਕ ਸੰਸਕ੍ਰਿਤਿਕ ਰੂਪ ਵਿੱਚ ਕੀ ਹੈ ਦੁਬਾਰਾ ਜੀਵੰਤ ਹੋ ਸਕਦਾ ਸੀ, ਕਿਵੇਂ? ਪੋਸਟ ਮਾਰਕਸਿਜ਼ਮ ਥਰੂ। ਠੀਕ ਹੈ, ਤੋ ਜੇਕਰ ਉਹਨਾਂ ਦੇ ਅਕੋਰਡਿੰਗ ਕੀ ਹੈ, ਉਹਨਾਂ ਨੇ ਦੱਸਿਆ ਕਿ ਜਿਹੜਾ ਮਾਰਕਸਿਜ਼ਮ ਹੈ ਉਹ ਦੁਬਾਰਾ ਤੋਂ ਜੀਵੰਤ ਜਿੰਦਾ ਹੋ ਸਕਦਾ ਹੈ, ਕਿਵੇਂ? ਖੁੱਲੇ ਵਿਚਾਰਾਂ ਨਾਲ ਅਤੇ ਸਿਧਾਂਤਕ ਘਟਨਾਵਾਂ ਦੇ ਨਾਲ ਤਾਲਮੇਲ ਰੱਖਣ ਨਾਲ। ਭਾਵ ਕਿ ਜੇਕਰ ਅਸੀਂ ਖੁੱਲੇ ਦਿਮਾਗ ਨਾਲ ਸੋਚੀਏ ਕਿ ਐਕਸਪਲੋਇਟੇਸ਼ਨ ਇੱਕ ਨੈਚੁਰਲ ਪ੍ਰੋਸੈਸ ਹੈ, ਠੀਕ ਹੈ, ਤੋ ਇਸ ਤਰ੍ਹਾਂ ਕੀ ਇੱਕ ਸਿਧਾਂਤਕ ਘਟਨਾਵਾਂ ਨਾਲ ਤਾਲਮੇਲ ਰੱਖਣ ਨਾਲ ਕਿ ਕੰਮ ਕਰੋਗੇ ਉੱਥੇ ਐਕਸਪਲੋਇਟੇਸ਼ਨ ਕਿਸੇ ਨਾ ਕਿਸੇ ਤਰ੍ਹਾਂ ਹੋਏਗਾ। ਠੀਕ ਹੈ, ਇਸ ਤਰ੍ਹਾਂ ਇੱਕ ਦੂਜੇ ਨਾਲ ਕੀ ਹੈ ਸਿਧਾਂਤਿਕ ਘਟਨਾਵਾਂ ਨਾਲ ਤਾਲਮੇਲ ਰੱਖਣ ਨਾਲ ਅਤੇ ਹੁਕਮ ਦੀ ਬਜਾਏ ਕੀ ਹੈ ਮੰਨਣ ਦੀ ਵਿਚਾਰਧਾਰਾ ਨੂੰ ਅਪਣਾਉਣ ਨਾਲ ਕੀ ਅਸੀਂ ਮਾਰਕਸਵਾਦ ਨੂੰ ਦੁਬਾਰਾ ਜ਼ਿੰਦਾ ਰੱਖ ਸਕਦੇ ਹਾਂ। ਉਹਨਾਂ ਦੇ ਅਕੋਰਡਿੰਗ ਇਹ ਵੀ ਕਿਹਾ ਗਿਆ ਸੀ ਕਿ ਕ੍ਰਾਂਤੀ ਹੈ ਜਿਹੜਾ ਉਸਦਾ ਕੋਈ ਚੰਗਾ ਰਿਜ਼ਲਟ ਨਹੀਂ ਹੁੰਦਾ, ਹਮੇਸ਼ਾ ਰਿਜ਼ਲਟ ਹੈ ਜਿਹੜਾ ਬੈਡਲੀ ਹੀ ਹੋਵੇਗਾ, ਤੇ ਸਮਾਜਵਾਦ ਵੀ ਉਦੋਂ ਹੀ ਕਾਰਜਸ਼ੀਲ ਹੁੰਦਾ ਹੈ ਜਦੋਂ ਕੀ ਹੈ ਆਬਾਦੀ ਨੂੰ ਤਰਕਾਂ ਨਾਲ ਸਮਝਾਇਆ ਜਾਂਦਾ ਹੈ। ਕਿ ਪੋਸਟ ਮਾਰਕਸਿਜ਼ਮ ਥਰੂ ਕੀ ਹੈ ਅੱਜ ਦਾ ਸਟੇਟ ਹੈ ਜਿਹੜਾ ਇੱਕ ਅਜਿਹਾ ਸਟੇਟ ਨਹੀਂ ਹੈ ਜਿਹੜਾ ਸ਼ੋਸ਼ਣ ਵਾਲਾ ਹੋਵੇ। ਮਾਰਕਸਿਜ਼ਮ ਵਿੱਚ ਕਾਰਲ ਮਾਰਕਸ ਨੇ ਕੀ ਹੈ ਇੱਕ ਅਜਿਹੇ ਸਟੇਟ ਦਾ ਨਿਰਮਾਣ, ਅਜਿਹੇ ਸਮਾਜ ਦਾ ਨਿਰਮਾਣ ਕੀਤਾ ਸੀ ਜਿਸ ਵਿੱਚ ਕੀ ਹੈ ਸਮਾਜ ਰਾਜ ਰਹਿਤ ਵਰਗ ਦੀ ਸਥਾਪਨਾ ਕੀਤੀ ਗਈ ਸੀ। ਤੋ ਅੱਜ ਦੇ ਟਾਈਮ ਵਿੱਚ ਰਾਜ ਰਹਿਤ ਸਮਾਜ ਦੀ ਸਥਾਪਨਾ ਜਿਹੜੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਠੀਕ ਹੈ, ਤੋ ਅਜਿਹੀ ਵਿਚਾਰਧਾਰਾ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਸਮਾਜ ਵਿੱਚ ਰਾਜ ਜਿਹੜਾ ਇੱਕ ਕਾਰਜਸ਼ੀਲ ਉਦੋਂ ਹੀ ਹੋਵੇਗਾ ਜਾਂ ਸਮਾਜ ਕਾਰਜਸ਼ੀਲ ਉਦੋਂ ਹੀ ਹੋਵੇਗਾ ਜਦੋਂ ਆਬਾਦੀ ਨੂੰ ਕੀ ਹੈ ਤਰਕਾਂ ਰਾਹੀਂ ਸਮਝਾਇਆ ਜਾ ਸਕਦਾ, ਨਾ ਕਿ ਮਜਬੂਰੀ ਨਾਲ ਅਨੁਪਾਲਨ ਲਈ ਦਬਾਅ ਦਿੱਤਾ ਜਾਵੇ। ਠੀਕ ਹੈ, ਤੋ ਅਜਿਹੀ ਵਿਚਾਰਧਾਰਾ ਰਾਹੀਂ ਕੀ ਹੈ ਪੋਸਟ ਮਾਰਕਸਿਜ਼ਮ ਥਰੂ ਲਲਾਕੂ ਐਂਡ ਮੋਰਫੀ ਨੇ ਆਪਣੀ ਬੁੱਕ ਵਿੱਚ ਮਾਰਕਸਿਜ਼ਮ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਪੋਸਟ ਮਾਰਕਸਿਜ਼ਮ ਅਕੋਰਡਿੰਗ ਇਹ ਕਿਹਾ ਗਿਆ ਕਿ ਮਾਰਕਸਵਾਦ ਦਾ ਜਿਹੜਾ ਉਦਾਰਵਾਦੀ ਸਰੂਪ ਹੈ, ਲਿਬਰਲ ਸਰੂਪ ਹੈ ਜਿਹੜਾ ਉਹ ਇੱਕ ਦਿਖਾਵਾ ਮਾਤਰ ਹੈ, ਤੇ ਜਿਸ ਅਧੀਨ ਕੀ ਹੈ ਮਨੋਯੋਗ ਤੋਂ ਅਨੰਤ ਆਰੰਭਿਕ ਬਹਿਸ ਤੋਂ ਬਚਣ ਦਾ ਯਤਨ ਹੈ ਜਿਹੜਾ ਮਾਰਕਸਵਾਦੀ ਹਮੇਸ਼ਾ ਤੋਂ ਕਰਦੇ ਆਏ ਹਨ, ਜਿਸ ਅਧੀਨ ਕਿ ਉਹ ਆਪਣੇ ਆਪ ਨੂੰ ਕੀ ਐਕਸਪਲੋਇਟੇਸ਼ਨ ਦਾ ਸ਼ਿਕਾਰ ਜਾਂ ਆਪਣੀ ਕ੍ਰਾਂਤੀ ਦੀਆਂ ਭਾਵਨਾਵਾਂ ਰਾਹੀਂ ਕੀ ਹੈ ਮਾਰਕਸਿਜ਼ਮ ਦੇ ਜਿਹੜਾ ਅਸਲੀ ਸਰੂਪ ਸੀ ਉਸਨੂੰ ਦਬਾਉਂਦੇ ਆਏ ਹਨ। ਠੀਕ ਹੈ, ਤੋ ਜਿਸ ਵਿੱਚ ਕੀ ਹੈ ਉਹ ਦੱਸਦੇ ਹਨ ਕਿ ਮਾਰਕਸ ਕੀ ਹੈ, ਉਸਦਾ ਕੀ ਅਰਥ ਹੈ। ਠੀਕ ਹੈ, ਤੋ ਅਕੋਰਡਿੰਗ ਟੂ ਕਮਿਊਨਿਜ਼ਮ ਮਾਰਕਸਿਸਟ ਥਿਊਰੀ ਸਾਮਵਾਦ ਮਾਰਕਸਵਾਦ ਦੀ ਇੱਕ ਵਿਕ੍ਰਿਤ ਦੇ ਰੂਪ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਪ੍ਰਕਿਰਤਿਕ ਪਰਿਣਾਮ ਜਿਹੜੇ ਹੁੰਦੇ ਹਨ ਉਹ ਮਾਰਕਸਵਾਦ ਦੀ ਵਿਸ਼ੇਸ਼ਤਾ ਨੂੰ ਪ੍ਰਗਟ ਕਰਦੇ ਹਨ। ਅਕੋਰਡਿੰਗ ਟੂ ਮਾਰਕਸਵਾਦ ਆਲੋਚਨਾ ਦੇ ਰੂਪ ਨੂੰ ਕੀ ਹੈ ਜੀਵੰਤ ਰਹਿ ਸਕਦਾ ਹੈ ਕਿ ਜਿਹੜਾ ਮਾਰਕਸਵਾਦ ਦਾ ਕ੍ਰਿਟਿਸਿਜ਼ਮ ਪੋਸਟ ਮਾਰਕਸਿਜ਼ਮ ਥਰੂ ਕੀਤਾ ਜਾਵੇਗਾ ਉਸ ਥਰੂ ਹੀ ਮਾਰਕਸਿਸਟ ਥਿਊਰੀ ਹੈ ਜਿਹੜੀ ਉਹ ਜਿੰਦਾ ਰਹਿ ਸਕਦੀ ਹੈ। ਇਹ ਇੱਕ ਮਾਰਕਸਵਾਦੀ ਗੰਭੀਰ ਰੂਪ ਤੋਂ ਸੀਮਿਤ ਢੰਗ ਨਾਲ ਪ੍ਰਗਟ ਹੋ ਸਕਦਾ ਹੈ, ਪਰੰਤੂ ਆਲੋਚਨਾ ਨੂੰ ਜ਼ਿਆਦਾਤਰ ਮਾਰਕਸਵਾਦੀਆਂ ਦੁਆਰਾ ਸੱਤਾ ਅਤੇ ਅਧਿਨਾਇਕਤਾ ਰਾਜਨੀਤਿਕਤਾ ਦੇ ਇਸ਼ਟ ਦੇ ਤੌਰ ਤੇ ਨਹੀਂ ਲੈਣਾ ਚਾਹੀਦਾ। ਭਾਵ ਕਿ ਜਦੋਂ ਪੋਸਟ ਮਾਰਕਸਿਜ਼ਮ ਥਿਊ ਜਦੋਂ ਮਾਰਕਸਿਜ਼ਮ ਦਾ ਕ੍ਰਿਟਿਸਿਜ਼ਮ ਕੀਤਾ ਗਿਆ, ਕ੍ਰਿਟਿਸਿਜ਼ਮ ਹੋਇਆ ਉਸਦੇ ਅਗੇਂਸਟ ਵਿੱਚ ਜਦੋਂ ਗੱਲ ਕੀਤੀ ਗਈ ਤਾਂ ਕੀ ਹੈ ਉਸ ਵਿਊ ਨੂੰ, ਉਸ ਆਈਡੀਓਲੋਜੀ ਨੂੰ
ਜਦੋਂ ਪੇਸ਼ ਕੀਤਾ ਗਿਆ ਉਸ ਨੂੰ ਕੀ ਇੱਕ ਸੱਤਾਵਾਦੀ ਅਧਿਨਾਇਕਤਾ ਕਿ ਉਸਦੇ ਜੋ ਪਾਵਰ ਵਿੱਚ ਸੀ ਸਟੇਟ ਦੇ ਪਾਵਰ ਦੇ ਅਧੀਨ ਰਹਿ ਕੇ ਜਿਹੜਾ ਕੰਮ ਕਰਦਾ ਹੈ ਉਹ ਸੱਤਾਵਾਦੀ ਅਧਿਨਾਇਕਤਾ ਦੇ ਰੂਪ ਵਿੱਚ ਨਹੀਂ ਬਲਕਿ ਇੱਕ ਇਸ਼ਟ ਦੇ ਰੂਪ ਵਿੱਚ ਜਿਹੜਾ ਮੰਨਣਾ ਚਾਹੀਦਾ ਹੈ। ਆਓ ਹੁਣ ਅਸੀਂ ਕੁਝ ਇਸਦੇ ਕੀ ਕਨਸੈਪਸ਼ਨ ਬਾਰੇ ਗੱਲ ਕਰਦੇ ਹਾਂ ਜੋ ਕਿ ਪੋਸਟ ਮਾਰਕਸਿਜ਼ਮ ਵਿੱਚ ਦਰਸਾਏ ਗਏ ਹਨ। ਸਭ ਤੋਂ ਪਹਿਲਾ ਹੈ ਡਿਸਕੋਰਸ। ਡਿਸਕੋਰਸ ਤੋਂ ਭਾਵ ਹੈ ਗੱਲਬਾਤ ਰਾਹੀਂ ਕਿ ਪੋਸਟ ਮਾਰਕਸਿਜ਼ਮ ਵਿੱਚ ਕੀ ਹੈ। ਪੋਸਟ ਮਾਰਕਸਿਜ਼ਮ ਗੱਲਬਾਤ ਦੇ ਸਿਧਾਂਤ ਤੇ ਜ਼ਿਆਦਾ ਜ਼ੋਰ ਦਿੰਦਾ ਹੈ। ਕਿਉਂ? ਕਿਉਂਕਿ ਉਸਨੇ ਕਿਹਾ ਇਹ ਕਿਹਾ ਕਿ ਕ੍ਰਾਂਤੀ ਹੈ ਜਿਹੜਾ ਹਮੇਸ਼ਾ ਬੈਡਲੀ ਪਰਿਣਾਮ ਲੈ ਕੇ ਆਉਂਦੀ ਹੈ, ਬੁਰੇ ਪਰਿਣਾਮ ਲੈ ਕੇ ਆਉਂਦੀ ਹੈ। ਕਿਉਂਕਿ ਇਹ ਰਾਜ ਹਮੇਸ਼ਾ ਅਜਿਹਾ ਹੋਣਾ ਚਾਹੀਦਾ ਹੈ, ਆਪਣੀ ਡਿਸਕੋਰਸ ਬਣਾਉਣ ਵਾਲਾ ਹੋਣਾ ਚਾਹੀਦਾ ਹੈ, ਜਨਤਾ ਦੇ ਨਾਲ ਸੰਪਰਕ ਬਣਾਉਣ ਵਾਲਾ ਹੋਣਾ ਚਾਹੀਦਾ ਹੈ। ਠੀਕ ਹੈ। ਤੋ ਐਂਡ ਹੈਜੀਮਨੀ, ਸੈਕਿੰਡ ਹੈ ਹੈਜੀਮਨੀ, ਜਿਸ ਵਿੱਚ ਕੀ ਹੈ ਉਸਨੇ ਅਧਿਕਾਰਾਂ ਦੀ ਵਿਆਖਿਆ ਕੀਤੀ ਹੈ ਕਿ ਹਰੇਕ ਸਟੇਟ ਹੈ ਜਿਹੜਾ ਅਜਿਹਾ ਹੋਵੇਗਾ, ਅੱਜ ਦੇ ਟਾਈਮ ਵਿੱਚ ਸਟੇਟ ਅਜਿਹਾ ਹੈ ਜਿਸ ਵਿੱਚ ਕੀ ਹੈ ਹਰੇਕ ਸ਼੍ਰੇਣੀ ਨੂੰ ਡਿਫਰੈਂਟ ਤਰ੍ਹਾਂ ਦੇ ਫੈਸਿਲਿਟੀਜ਼ ਪ੍ਰਾਪਤ ਹਨ, ਡਿਫਰੈਂਟ ਤਰ੍ਹਾਂ ਦੇ ਰਾਈਟਸ ਪ੍ਰਾਪਤ ਹਨ। ਠੀਕ ਹੈ। ਤੋ ਇਸੇ ਤਰ੍ਹਾਂ ਥਰਡ ਹੈ ਸੋਸ਼ਲ ਸਟਰਗਲ। ਸੋਸ਼ਲ ਸਟਰਗਲ ਹੈ ਜਿਹੜਾ ਇੱਕ ਸਮਾਜਿਕ ਪ੍ਰਕਿਰਤਿਕ ਵਿਵਸਥਾ ਹੈ ਜਿਸ ਵਿੱਚ ਕੀ ਹੈ ਹਰੇਕ ਵਿਅਕਤੀ ਹੈ ਜਿਹੜਾ ਇੱਕ ਸੋਸ਼ਲ ਸਟਰਗਲ ਦਾ ਸਾਹਮਣਾ ਕਰਦਾ ਹੈ। ਠੀਕ ਹੈ। ਸਮਾਜਿਕ ਵਿਰੋਧਾਭਾਸ ਕਰਦਾ ਹੈ ਇਸ ਲਈ ਡਿਸਕੋਰਸ ਲਈ। ਠੀਕ ਹੈ। ਡਿਸਕੋਰਸ ਨੂੰ ਕਿਵੇਂ ਪ੍ਰਾਪਤ ਕਰ ਸਕਦਾ ਹੈ, ਸੋਰੀ ਹੈਜੀਮਨੀ ਲਈ, ਹੈਜੀਮਨੀ ਨੂੰ ਕਿਵੇਂ ਪ੍ਰਾਪਤ ਕਰ ਸਕਦਾ ਜਦ ਉਹ ਸਟੇਟ ਨਾਲ ਡਿਸਕੋਰਸ ਬਣਾਏਗਾ। ਠੀਕ ਹੈ। ਤੋ ਇਸ ਪ੍ਰਕਾਰ ਕੀ ਹੈ ਇੱਕ ਪ੍ਰੋਸੈਸ ਚੱਲਦੀ ਰਹਿੰਦੀ ਹੈ ਜਿਸ ਨੂੰ ਅਸੀਂ ਤ੍ਰਿਕੋਣ ਦੇ ਰੂਪ ਵਿੱਚ ਦਰਸਾਇਆ ਹੈ ਕਿ ਡਿਸਕੋਰਸ ਹੈ ਜਿਹੜਾ ਇੱਕ ਗੱਲਬਾਤ ਦਾ ਸਿਧਾਂਤ ਪੇਸ਼ ਕੀਤਾ ਗਿਆ ਹੈ, ਆਪਣੇ ਅਧਿਕਾਰਾਂ ਦੀ ਗੱਲ ਹੈ ਜੇ ਡਿਸਕੋਰਸ ਥਰੂ ਕਰੇਗਾ। ਜੇਕਰ ਉਸਨੂੰ ਹੈਜੀਮਨੀ ਆਪਣੀ ਅਧਿਕਾਰ ਪ੍ਰਾਪਤ ਨਹੀਂ ਹੁੰਦੇ ਤਾਂ ਕੀ ਹੈ ਸੋਸਾਇਟੀ ਵਿੱਚ ਕੀ ਹੈ ਸੋਸ਼ਲ ਸਟਰਗਲ ਪੈਦਾ ਹੋ ਜਾਂਦੇ ਹੈ। ਸਾਡਾ ਫਸਟ ਪੁਆਇੰਟ ਸੀ ਡਿਸਕੋਰਸ। ਡਿਸਕੋਰਸ ਦਾ ਅਰਥ ਸੀ ਗੱਲਬਾਤ। ਠੀਕ ਹੈ। ਤੋ ਸਟੇਟ ਹੈ ਜਿਹੜਾ ਅਜਿਹਾ ਹੋਵੇਗਾ ਜਿਸ ਅਧੀਨ ਕੀ ਹੈ ਸਟੇਟ ਆਪਣੇ ਜਨਤਾ ਦੇ ਨਾਲ, ਆਪਣੇ ਜਿਹੜੇ ਮਜ਼ਦੂਰ ਵਰਗ ਹੈ ਜਾਂ ਡਿਫਰੈਂਟ ਤਰ੍ਹਾਂ ਦੇ ਵਰਗ ਹੈ ਜਿਹੜੇ ਉਹਨਾਂ ਨਾਲ ਕੀ ਹੈ ਡਿਸਕੋਰਸ ਸਥਾਪਿਤ ਕਰੇਗਾ, ਗੱਲਬਾਤ ਰਾਹੀਂ ਸੰਪਰਕ ਸਥਾਪਿਤ ਕਰੇਗਾ। ਸੰਪਰਕ ਹੈ ਜਿਹੜਾ ਕਿੰਨਾ ਢੰਗਾਂ ਨਾਲ ਰਾਹੀਂ ਹੋਵੇਗਾ, ਮਦਰ ਟੰਗ ਰਾਹੀਂ ਹੋ ਬੈਟਰ ਹੋ ਸਕਦਾ ਹੈ, ਵਧੀਆ ਹੋ ਸਕਦਾ ਹੈ ਜਾਂ ਸਟੇਟ ਲੈਂਗੁਏਜ 'ਚ। ਠੀਕ ਹੈ। ਤੋ ਮਦਰ ਟੰਗ ਜਿਹੜੇ ਹੋਵੇਗੀ ਉਸ ਵਿੱਚ ਕੀ ਹੈ ਇੱਕ ਅੰਤਰ ਡਿਫਰੈਂਸ ਹੋਵੇਗਾ, ਉਹ ਕਿਹੜਾ ਹੋਏਗਾ ਨਸਲੀ ਡਿਫਰੈਂਸਿਸ ਕਰੈਕਟਰ ਹੋਣਗੇ। ਠੀਕ ਹੈ। ਤੋ ਇਸ ਇਹਨਾਂ ਥਰੂ ਕੀ ਹੈ ਸਟੇਟ ਆਪਣੇ ਆਪਣੇ ਵਰਗਾਂ ਦੇ ਨਾਲ ਇੱਕ ਡਿਸਕੋਰਸ ਸਥਾਪਿਤ ਕਰੇਗਾ ਤਾਂ ਜੋ ਕੀ ਹੈ ਉਹ ਸਟੇਟ ਦੇ ਲੋਕਾਂ ਦੀ ਵਿਚਾਰਧਾਰਾ ਨੂੰ ਸਮਝ ਸਕੇ ਅਤੇ ਖੁੱਲੇ ਰੂਪ ਨਾਲ ਕੀ ਹੈ ਉਹਨਾਂ ਦੀ ਵਿਚਾਰਧਾਰਾ ਨੂੰ ਅਪਣਾ ਸਕੇ ਅਤੇ ਜਨਤਾ ਨੂੰ ਕੀ ਹੈ ਇੱਕ ਤਰਕ ਰਾਹੀਂ ਆਪਣੀ ਨੀਤੀਆਂ ਨੂੰ ਮਨਵਾ ਲਈ ਮਜਬੂਰ ਨਾ ਕਰਕੇ ਉਹਨਾਂ ਨੂੰ ਆਪਣੇ ਆਪ ਨੂੰ ਤਿਆਰ ਉਹਨਾਂ ਨੂੰ ਤਿਆਰ ਕਰ ਸਕੇ ਕਿ ਸਾਡੇ ਜੇ ਨੀਤੀਆਂ ਨੇ ਉਹ ਤੁਹਾਡੇ ਫਾਇਦੇ ਲਈ ਹਨ। ਲਲਾਕੂ ਐਂਡ ਮੋਰਬੀ ਨੇ ਕੀ ਹੈ ਇਸਦੇ ਸੈਕਿੰਡ ਸ਼ਬਦ ਅਧਿਕਾਰ ਬਾਰੇ ਇਹ ਕਿਹਾ ਹੈ ਕਿ ਅਧਿਕਾਰ ਸ਼ਬਦ ਹੈ ਜਿਹੜਾ ਆਕਸੀਮਕ ਚਰਿੱਤਰ ਦਾ ਕਾਰਨ ਹੁੰਦਾ ਹੈ। ਠੀਕ ਹੈ। ਤੇ ਇਸ ਵਿੱਚ ਕੀ ਹੈ ਇਤਿਹਾਸ ਦੀ ਟੈਕਨੋਲੋਜੀ ਧਾਰਨਾ ਦੇ ਸੰਕਟ ਦੇ ਵਿੱਚ ਕੀ ਹੈ ਆਪਣੇ ਉਸਨੂੰ ਰੂਪ ਮੰਨਦੇ ਹਨ ਤੇ ਉਹਨਾਂ ਦੇ ਅਨੁਸਾਰ ਕੀ ਹੈ ਅਧਿਕਾਰ ਹੈ ਜਿਹੜਾ ਸੰਘਰਸ਼ ਲਈ ਦਾ ਇੱਕ ਕਾਰਨ ਬਣਦਾ ਹੈ ਕਿ ਜਦੋਂ ਸਾਨੂੰ ਪ੍ਰੋਪਰਲੀ ਰਾਈਟਸ ਨਹੀਂ ਮਿਲਦੇ ਹੈ ਤਾਂ ਉਹਨਾਂ ਰਾਈਟਸ ਨੂੰ ਪ੍ਰਾਪਤ ਕਰਨ ਲਈ ਅਸੀਂ ਇੱਕ ਸੰਘਰਸ਼ ਕਰਦੇ ਹਾਂ। ਠੀਕ ਹੈ। ਤੇ ਇਹ ਜਿਹੜਾ ਉਹਨਾਂ ਪੋਸਟ ਮਾਰਕਸਿਜ਼ਮ ਅਧੀਨ ਇਹ ਕਿਹਾ ਗਿਆ ਹੈ ਕਿ ਅਧਿਕਾਰ ਵਰਗਾਂ ਦੇ ਵਿੱਚ ਸੰਘਰਸ਼ ਦੀ ਬਜਾਏ ਉਚਾਰਨ ਉੱਤੇ ਨਿਰਭਰ ਕਰਦਾ ਹੈ। ਠੀਕ ਹੈ। ਅਧਿਕਾਰ ਉਚਾਰਨ ਪ੍ਰਥਾਵਾਂ ਦੁਆਰਾ ਨਿਰਧਾਰਿਤ ਹੁੰਦਾ ਹੈ ਕਿ ਜਦੋਂ ਗੱਲਬਾਤ ਪ੍ਰੋਪਰਲੀ ਸਹੀ ਹੋਵੇਗੀ, ਗੱਲਬਾਤ ਵਿੱਚ ਉਹਨਾਂ ਦੇ ਅਧਿਕਾਰਾਂ ਦੀ ਗੱਲ ਹੋਵੇਗੀ ਤਾਂ ਕੀ ਹੈ ਉਹਨਾਂ ਪ੍ਰਥਾਵਾਂ ਦੁਆਰਾ ਨਿਰਧਾਰਿਤ ਹੋ ਸਕਦਾ ਹੈ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਪ੍ਰਕਾਰ ਅਧਿਕਾਰ ਉਚਾਰਨ ਪ੍ਰਥਾ ਹੈ ਜੋ ਕਿ ਅੰਸ਼ਿਕ ਰੂਪ ਤੋਂ ਮਤਭੇਦ ਦੀ ਪ੍ਰਣਾਲੀ ਵਿੱਚ ਅਰਥ ਨੂੰ ਹੱਲ ਕਰਦੀਆਂ ਹਨ ਕਿ ਜਦੋਂ ਸਾਨੂੰ ਪ੍ਰੋਪਰਲੀ ਅਧਿਕਾਰ ਪ੍ਰਾਪਤ ਹੁੰਦੇ ਹਨ, ਪ੍ਰੋਪਰਲੀ ਰਾਈਟਸ ਪ੍ਰਾਪਤ ਹੁੰਦੇ ਹਨ, ਇਹ ਸਾਡੇ ਜਿਹੜੇ ਮਤਭੇਦ ਹੁੰਦੇ ਹਨ ਉਹਨਾਂ ਦੇ ਅਰਥਾਂ ਨੂੰ ਹੱਲ ਕਰਨ ਵਿੱਚ ਹੈਲਪਫੁਲ ਹੁੰਦੇ ਹਨ। ਸੰਘਰਸ਼ ਦੀ ਜਿਹੜੀ ਸਥਿਤੀ ਹੈ ਉਸਨੂੰ
ਦੁਆਰਾ ਸਹੀ ਕਰਨ ਦੀ ਸਥਿਤੀ ਬਣਾਉਂਦੇ ਹਨ ਅਤੇ ਵਾਸਤਵਿਕ ਰੂਪ ਵਿੱਚ ਕੀ ਹੈ ਸਮਾਜ ਵਿੱਚ ਸਾਰਿਆਂ ਨੂੰ ਇਕੁਐਲਿਟੀ ਦਾ ਦਰਜਾ ਬਣਾਉਂਦੇ ਹਨ। ਵਿਰੋਧੀ ਸੰਘਰਸ਼ ਦੀ ਜਾਂ ਸਟਰਗਲਨੈਸ ਦੀ ਜਿਹੜੀ ਸਥਿਤੀ ਹੈ ਉਸਨੂੰ ਸੁਧਾਰਦੇ ਹਨ। ਐਂਡ ਥਰਡ ਐਂਡ ਲਾਸਟ ਪੁਆਇੰਟ ਹੈ ਸੋਸ਼ਲ ਸਟਰਗਲਨੈਸ, ਸਮਾਜਿਕ ਵਿਰੋਧਾਭਾਸ। ਕਿ ਸਮਾਜਿਕ ਵਿਰੋਧਾਭਾਸ ਕਿਉਂ ਹੁੰਦਾ ਹੈ? ਜਦੋਂ ਸਾਨੂੰ ਪ੍ਰੋਪਰਲੀ ਰਾਈਟਸ ਨਹੀਂ ਮਿਲਦੇ ਜਾਂ ਸਾਡੇ ਰਾਈਟਸ ਗਲਤ ਤਰੀਕੇ ਨਾਲ ਯੂਜ਼ ਹੋ ਰਿਹਾ ਹੁੰਦਾ ਹੈ, ਤਾਂ ਕਿ ਅਸੀਂ ਸਮਾਜ ਵਿੱਚ ਸੋਸ਼ਲ ਸਟਰਗਲਨੈਸ ਦੀ ਸਥਿਤੀ ਹੈ ਜਿਹੜੀ ਪੈਦਾ ਹੋ ਜਾਂਦੀ ਹੈ। ਇਸ ਤੱਥ ਤੋਂ ਪੈਦਾ ਹੁੰਦੀ ਹੈ ਕਿ ਅਧਿਕਾਰ ਸਮਾਜਿਕ ਅਤੇ ਅਰਥ ਦੀਆਂ ਜਾਰਤੀਆਂ ਨੂੰ ਸਥਿਰ ਕਰ ਦਿੰਦਾ ਹੈ, ਭਾਵ ਕਿ ਉਹਨਾਂ ਦਾ ਹੱਕਦਾਰ ਹੈ ਜਿਹੜਾ ਬਦਲ ਦਿੰਦਾ ਹੈ। ਕਿ ਪ੍ਰੋਪਰਲੀ ਰਾਈਟਸ ਜਦੋਂ ਪ੍ਰੋਪਰਲੀ ਪ੍ਰਾਪਤ ਨਹੀਂ ਹੁੰਦੇ ਜਿਹੜੇ ਸਾਨੂੰ ਰਾਈਟਸ ਮਿਲਣੇ ਚਾਹੀਦੇ ਹਨ, ਤਾਂ ਕਿ ਇਹ ਸਮਾਜ ਵਿੱਚ ਸੋਸ਼ਲ ਸਟਰਗਨੈਸ ਦੀ ਸਥਿਤੀ ਮਿਲ ਜਾਂਦੀ ਹੈ। ਤੇ ਜਿਹੜੇ ਇਹ ਅਧਿਕਾਰ ਮਿਲਦੇ ਹਨ ਇਹ ਕਿਸ ਦੇ ਦੁਆਰਾ ਮਿਲਦੇ ਹਨ? ਸਟੇਟ ਦੁਆਰਾ ਮਿਲਦੇ ਹਨ, ਠੀਕ ਹੈ। ਤੇ ਉਹ ਕਹਿੰਦੇ ਹਨ ਕਿ ਪਾਵਰ ਆਰ ਨੋਟ ਟ੍ਰਾਂਸਫਰ, ਕਿ ਪਾਵਰ ਹੈ ਜਿਹੜੀ ਹਮੇਸ਼ਾ ਤੋਂ ਸਟੇਟ ਦੇ ਹੱਥਾਂ ਵਿੱਚ ਰਹੀ ਹੈ, ਪਾਵਰ ਹੈ ਜਿਹੜੀ ਟ੍ਰਾਂਸਫਰ ਨਹੀਂ ਹੁੰਦੀ ਹੈ। ਅਕੋਰਡਿੰਗ ਟੂ ਲਲਾਕੂ ਐਂਡ ਮੋਰਫੀ ਨੇ ਕੀ ਹੈ ਸੋਸ਼ਲ ਸਟਰਗਲ ਨੈਸ ਬਾਰੇ ਦੱਸਿਆ ਹੈ ਕਿ ਸੋਸ਼ਲ ਸਟਰਗਲ ਇਜ਼ ਅ ਨੋਟ ਇੰਟਰਨਲ ਐਕਟੀਵਿਟੀ, ਇਟਸ ਅ ਐਕਸਟਰਨਲ ਐਕਟੀਵਿਟੀ, ਠੀਕ ਹੈ। ਇਟਸ ਰਿਲੇਟਡ ਵਿਦ ਸਟੋਪ ਐਸਟੈਬਲਿਸ਼ਮੈਂਟ ਆਫ ਸੁਸਾਇਟੀ, ਕਿ ਜਿਹੜਾ ਸੋਸ਼ਲ ਸਟਰਗਲ ਨੈਸ ਹੈ ਇਹ ਸਮਾਜ ਵਿੱਚ ਇੱਕ ਗਠਿਤ ਰੂਪ ਨੂੰ ਬਣਾਉਣ ਤੋਂ ਰੋਕਦਾ ਹੈ। ਕਿ ਸਮਾਜ ਵਿੱਚ ਜੋ ਗਠਨ ਇੱਕ ਸਮਾਜਿਕ ਡਿਵੈਲਪਮੈਂਟ ਦੀ ਸਥਿਤੀ ਬਣਾਉਂਦਾ ਹੈ ਜਾਂ ਸਮਾਜ ਵਿੱਚ ਰਾਜ ਨੂੰ ਇੱਕ ਸ਼ਕਤੀਸ਼ਾਲੀ ਰਾਜ ਨੂੰ ਬਣਾਉਣ ਦੀ ਸਥਿਤੀ ਬਣਾਉਂਦਾ ਹੈ, ਉਸ ਸਥਿਤੀ ਨੂੰ ਐਸਟੈਬਲਿਸ਼ ਹੋਣ ਤੋਂ ਰੋਕਦਾ ਹੈ। ਹੁਣ ਡਿਸਕਸ ਕਰਦੇ ਹਾਂ ਪੋਸਟ ਮਾਰਕਸਿਜ਼ਮ ਦੇ ਕੰਪੋਨੈਂਟਸ ਬਾਰੇ, ਕੰਪੋਨੈਂਟਸ ਆਫ ਪੋਸਟ ਮਾਰਕਸਿਜ਼ਮ। ਕਿਹੜੇ ਕਿਹੜੇ ਕੰਪੋਨੈਂਟਸ ਹਨ ਜਿਨ੍ਹਾਂ ਤੇ ਪੋਸਟ ਮਾਰਕਸਿਜ਼ਮ ਗੱਲ ਕਰਦਾ ਆਇਆ ਹੈ? ਫਸਟ ਹੈ ਵਨ ਜੈਂਡਰ ਬੇਸਡ ਥਿਅਰੀ। ਪੋਸਟ ਮਾਰਕਸਿਜ਼ਮ ਕਹਿੰਦਾ ਹੈ ਕਿ ਜਿਹੜਾ ਮਾਰਕਸਿਜ਼ਮ ਹੈ ਜਿਹੜਾ ਉਹ ਹਮੇਸ਼ਾ ਤੋਂ ਕੀ ਹੈ ਅਜਿਹੀ ਐਕਸਪਲੇਨੇਸ਼ਨ ਦਿੰਦਾ ਆਇਆ ਹੈ ਜਿਸ ਦਾ ਕੀ ਹੈ ਪ੍ਰੋਪਰਲੀ ਕੋਈ ਮਤਲਬ ਨਹੀਂ ਹੈ, ਠੀਕ ਹੈ। ਤਾਂ ਪੋਸਟ ਮਾਰਕਸਿਜ਼ਮ ਇਹਨਾਂ ਸਾਰੀ ਵਿਚਾਰਧਾਰਾ ਨੂੰ ਗਲਤ ਮੰਨਦਾ ਹੈ। ਉਹਨਾਂ ਦੇ ਅਕੋਰਡਿੰਗ ਕੀ ਹੈ ਦੁਨੀਆ ਦੇ ਇੱਕ ਹੀ ਲਿੰਗ ਜਾਂ ਜਾਤੀ ਸੰਸਥਾ ਦੀ ਅਗਵਾਈ ਹੈ ਜਿਹੜਾ ਮਾਰਕਸਿਜ਼ਮ ਕਰਦਾ ਹੈ। ਸੈਕਿੰਡ ਹੈ ਸਟੇਟ ਇਜ਼ ਅ ਐਨਮੀ ਆਫ ਡੈਮੋਕਰੇਸੀ ਐਂਡ ਫਰੀਡਮ, ਕਿ ਮਾਰਕਸਿਜ਼ਮ ਦੇ ਅਕੋਰਡਿੰਗ ਸਟੇਟ ਹੈ ਜਿਹੜਾ ਉਹ ਐਨਮੀ ਹੈ ਡੈਮੋਕਰੇਸੀ ਐਂਡ ਫਰੀਡਮ ਦਾ। ਕਿਉਂ? ਕਿਉਂਕਿ ਸਟੇਟ ਹੈ ਜਿਹੜਾ ਹਮੇਸ਼ਾ ਤੋਂ ਪ੍ਰੋਪਰਲੀ ਰਾਈਟਸ ਐਂਡ ਫਰੀਡਮ ਹੈ ਜਿਹੜਾ ਲੋਕਾਂ ਨੂੰ ਸਾਰਿਆਂ ਨੂੰ ਇਕੁਅਲੀ ਪ੍ਰੋਵਾਈਡ ਨਹੀਂ ਕਰਵਾਉਂਦਾ ਹੈ। ਪਰ ਪੋਸਟ ਮਾਰਕਸਿਜ਼ਮ ਹੈ ਜਿਹੜਾ ਉਹ ਇਹ ਕਹਿੰਦਾ ਹੈ ਕਿ ਸਟੇਟ ਹੈ ਜਿਹੜਾ ਇੱਕ ਸਪੈਸ਼ਲੀ ਕਿਸੇ ਖਾਸ ਵਰਗ ਲਈ ਕੰਮ ਨਹੀਂ ਕਰਦਾ, ਬਲਕਿ ਇੱਕ ਡੈਮੋਕਰੇਟਿਕ ਸੁਸਾਇਟੀ ਨੂੰ ਬਣਾਉਣ ਲਈ ਫਰੀਲੀ ਸਾਰਿਆਂ ਨੂੰ ਰਾਈਟਸ ਪ੍ਰੋਵਾਈਡ ਕਰਵਾਉਂਦਾ ਹੈ, ਇੱਕ ਸਿਵਲ ਲੋਕਤੰਤਰੀ ਸਮਾਜ ਸੁਧਾਰਨ ਦਾ ਕੰਮ ਕਰਦਾ ਹੈ। ਨੈਕਸਟ ਹੈ ਸੈਂਟਰਲ ਪਲੈਨਿੰਗ ਇਜ਼ ਅ ਕੰਪੋਨੈਂਟ ਆਫ ਬਿਊਰੋਕਰੇਸੀ, ਕਿ ਸੈਂਟਰਲ ਪਲੈਨਿੰਗ ਹੈ ਜਿਹੜੀ ਇਸ ਪ੍ਰਕਾਰ ਦੀ ਕੀਤੀ ਜਾਂਦੀ ਹੈ ਜਿਸ ਅਧੀਨ ਕੀ ਹੈ ਇੱਕ ਨੌਕਰਸ਼ਾਹੀ ਜਨਮ ਲੈਂਦੀ ਹੈ। ਕਿ ਸੈਂਟਰਲ ਲੈਵਲ ਤੇ ਜਿਹੜਾ ਹੈ ਇੱਕ ਅਜਿਹਾ ਵਰਕ ਕੀਤਾ ਜਾਂਦਾ ਹੈ ਜਿਸ ਅਧੀਨ ਕੀ ਹੈ ਨੌਕਰਸ਼ਾਹੀ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਪ੍ਰੋਪਰਲੀ ਹੈ ਜਿਹੜਾ ਕਿ ਪੀੜ੍ਹੀ ਦਰ ਪੀੜ੍ਹੀ ਹੈ ਜਿਹੜਾ ਹੋਰ ਰਿਸ਼ਵਤਖੋਰੀ ਭ੍ਰਿਸ਼ਟਾਚਾਰ ਨੂੰ ਜਿਹੜਾ ਜਨਮ ਦਿੱਤਾ ਜਾਂਦਾ ਹੈ। ਇੱਕ ਸੈਂਟਰਲ ਪਲੈਨਿੰਗ ਹੈ ਜਿਹੜੀ ਉਹ ਇਸ ਪ੍ਰਕਾਰ ਦੀ ਸਟੇਟ ਦੁਆਰਾ ਕੀਤੀ ਜਾਂਦੀ ਹੈ। ਨੈਕਸਟ ਹੈ ਕਲਾਸ ਸਟਰਗਲ ਐਂਡ ਸਟਰਗਲ ਇਜ਼ ਨੋਟ ਟੂ ਗੈਟ ਬੈਨੀਫਿਟ ਰਿਜ਼ਲਟ, ਇਟਸ ਅਨਏਬਲ ਟੂ ਸੋਲਵ ਦਾ ਕਰੰਟ ਪ੍ਰੋਬਲਮਸ, ਭਾਵ ਕਿ ਵਰਗ ਸੰਘਰਸ਼ ਜਦੋਂ ਇੱਕ ਕਲਾਸ ਦੁਆਰਾ ਇੱਕ ਸਟਰਗਲ ਕੀਤਾ ਜਾਂਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੇ ਲੋਕਾਂ ਵਰਗਾਂ ਦੁਆਰਾ ਸੰਘਰਸ਼ ਕੀਤਾ ਜਾਂਦਾ ਹੈ ਤਾਂ ਕੀ ਹੈ ਜਾਂ ਟਕਰਾਓ ਕੀਤਾ ਜਾਂਦਾ ਹੈ ਤਾਂ ਕਿਸੇ ਠੋਸ ਸਿੱਟੇ ਤੇ ਨਹੀਂ ਪਹੁੰਚਿਆ ਜਾਂਦਾ, ਕੋਈ ਵੀ ਬੈਨੀਫਿਟ ਰਿਜ਼ਲਟ ਹੈ ਜਿਹੜੇ ਪ੍ਰਾਪਤ ਨਹੀਂ ਕੀਤੇ ਜਾਂਦੇ। ਸੋ ਅਜਿਹੇ ਜਦੋਂ ਸੰਘਰਸ਼ ਦੀ ਸਥਿਤੀ ਪ੍ਰਾਪਤ ਹੁੰਦੀ ਹੈ ਤਾਂ ਇਹ ਇੱਕ ਹਾਰ ਲਈ ਜਿਹੜਾ ਸਾਨੂੰ ਉਕਸਾਉਂਦੀ ਹੈ, ਸੰਘਰਸ਼ ਜਿਹੜਾ ਸਾਨੂੰ ਹਾਰ ਲਈ ਉਕਸਾਉਂਦਾ ਹੈ ਅਤੇ ਤਤਕਾਲੀਨ ਸਮੱਸਿਆਵਾਂ ਨੂੰ ਸੋਲਵ ਕਰਨ ਵਿੱਚ ਅਨੇਬਲ ਹੁੰਦਾ ਹੈ। ਨੈਕਸਟ ਹੈ ਸਾਮਰਾਜਵਾਦ ਦੇ ਵਿਰੋਧ ਵਿੱਚ,
ਸਾਮਰਾਜਵਾਦ ਦਾ ਵਿਰੋਧ ਵੀ ਅਤੀਤ ਦਾ ਇੱਕ ਪ੍ਰਗਟਾਵਾ ਹੈ, ਭਾਵ ਕਿ ਪੋਸਟ ਮਾਰਕਸਿਜ਼ਮ ਹੈ ਜਿਹੜਾ ਇੱਕ ਸਾਮਰਾਜਵਾਦ ਦਾ ਵਿਰੋਧ ਕਰਦਾ ਹੈ ਕਿ ਪੂੰਜੀਵਾਦੀਆਂ ਦੁਆਰਾ ਮਾਰਕਸਵਾਦੀਆਂ ਨੇ ਇਹ ਦੱਸਿਆ ਸੀ ਕਿ ਪੂੰਜੀਵਾਦ ਹੈ ਜਿਹੜਾ ਇੱਕ ਸਾਮਰਾਜਵਾਦ ਸਥਾਪਿਤ ਕਰਕੇ ਮਜ਼ਦੂਰਾਂ ਦਾ ਸ਼ੋਸ਼ਣ ਕਰਦਾ ਆਇਆ ਹੈ। ਸੋ ਪੋਸਟ ਮਾਰਕਸਿਜ਼ਮ ਨੇ ਸੋਸ਼ਲਿਜ਼ਮ ਸਾਮਰਾਜਵਾਦ ਅਧੀਨ ਕੀ ਹੈ ਇਹ ਦੱਸਿਆ ਕਿ ਇਹ ਅਤੀਤ ਦਾ ਪ੍ਰਗਟਾਵਾ ਹੋ ਗਿਆ ਕਿ ਪੁਰਾਣੇ ਟਾਈਮ ਚ ਸਾਮਰਾਜਵਾਦ ਦਾ ਜਿਹੜਾ ਕੰਸੈਪਟ ਸੀ ਉਹ ਕਾਫੀ ਤਰ੍ਹਾਂ ਨਾਲ ਵਰਕ ਕਰ ਰਿਹਾ ਸੀ, ਪਰੰਤੂ ਅੱਜ ਦੇ ਟਾਈਮ ਵਿੱਚ ਇਹ ਇੱਕ ਅਤੀਤ ਦਾ ਪ੍ਰਗਟਾਵਾ ਬਣ ਚੁੱਕਿਆ ਹੈ ਜੋ ਸਮੇਂ ਦੇ ਨਾਲ ਖਤਮ ਹੋ ਜਾਵੇਗਾ। ਦੁਨੀਆ ਇੱਕ ਦੂਜੇ ਤੇ ਡਿਪੈਂਡ ਹੋ ਰਹੀ ਹੈ, ਇੱਕ ਦੂਜੇ ਨੂੰ ਸਹਿਯੋਗ ਦੇ ਰਹੀ ਹੈ ਅਤੇ ਤਕਨੀਕੀ ਪੂੰਜੀ ਬਦਲਾਵ ਨਾਲ ਕੀ ਹੈ ਅਮੀਰ ਦੇਸ਼ਾਂ ਦੁਆਰਾ ਕੀ ਹੈ ਗਰੀਬ ਦੇਸ਼ਾਂ ਨੂੰ ਵੀ ਕੀ ਹੈ ਪ੍ਰੋਪਰਲੀ ਵੱਧ ਤੋਂ ਵੱਧ ਹੈਲਪ ਦਿੱਤੀ ਜਾ ਰਹੀ ਹੈ, ਸਹਿਯੋਗ ਦਿੱਤਾ ਜਾ ਰਿਹਾ। ਆਓ ਹੁਣ ਅਸੀਂ ਪੋਸਟ ਮਾਰਕਸਿਜ਼ਮ ਦੇ ਕ੍ਰਿਟਿਸਿਜ਼ਮ ਬਾਰੇ ਗੱਲ ਕਰਦੇ ਹਾਂ। ਪੋਸਟ ਮਾਰਕਸਿਜ਼ਮ ਵਿੱਚ ਪੂੰਜੀਵਾਦ ਦੇ ਨਵ ਉਦਾਰਵਾਦ ਜਾਂ ਪੂੰਜੀਵਾਦ ਦੇ ਜਿਸ ਰੂਪ ਨੂੰ ਪੇਸ਼ ਕੀਤਾ ਗਿਆ ਹੈ ਉਸਨੂੰ ਕੀ ਹੈ ਪ੍ਰੋਪਰਲੀ ਐਕਸਪਲੇਨ ਕਰਨ ਵਿੱਚ ਜਾਂ ਉਸਦਾ ਜਿਹੜਾ ਵਾਸਤਵਿਕ ਸਰੂਪ ਹੈ ਜਿਹੜਾ ਜਿਵੇਂ ਕਿ ਅਸਮਾਨਤਾ, ਸਮਾਜਿਕ ਧਰੁਵੀਕਰਨ, ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਉਸਦਾ ਰੂਪ ਹੈ ਅਤੇ ਆਪ ਸਮਾਜਿਕ ਵਿਰੋਧਾਭਾਸ ਨੂੰ ਪ੍ਰੋਪਰਲੀ ਐਕਸਪਲੇਨ ਕਰਨ ਵਿੱਚ ਅਸਫਲ ਰਿਹਾ ਹੈ। ਠੀਕ ਹੈ, ਤੋ ਇਸੇ ਪ੍ਰਕਾਰ ਸੈਕਿੰਡ ਹੈ ਕਿ ਨਵ ਉਦਾਰੀਕਰਨ ਸਰਕਾਰ ਮਾਰਕਸਵਾਦੀ ਦੋਵੇਂ ਸੱਤਾ ਤੋਂ ਬਾਹਰ ਹਨ ਕਿ ਪੋਸਟ ਮਾਰਕਸਿਜ਼ਮ ਦੇ ਜਿਹੜਾ ਏਰੀਆ ਹੈ ਠੀਕ ਹੈ ਉਸ ਵਿੱਚ ਕੀ ਹੈ ਨਿਓ ਲਿਬਰਲਿਜ਼ਮ ਐਂਡ ਮਾਰਕਸਿਜ਼ਮ ਦੋਵੇਂ ਹੀ ਇਸਦੇ ਪਾਵਰ ਤੋਂ ਦੂਰ ਹਨ। ਪੱਛਮੀ ਗੋਲਾਰਧ ਵਿੱਚ ਅਜਿਹਾ ਕੋਈ ਦੇਸ਼ ਨਹੀਂ ਹੈ ਜੋ ਨਵ ਉਦਾਰੀਕਰਨ ਸ਼ਾਸਨ ਅਤੇ ਨੀਤੀਆਂ ਰਾਹੀਂ ਅੰਦੋਲਨ ਨਾ ਕਰ ਰਹੇ ਹੋਣ। ਠੀਕ ਹੈ, ਇਸ ਪ੍ਰਕਾਰ ਉੱਤਰ ਮਾਰਕਸਵਾਦ ਦ੍ਰਿਸ਼ਟੀਕੋਣ ਦੀ ਵਿਚਾਰਧਾਰਾ ਦਾ ਅੰਤ ਆਪਣੀ ਵਿਚਾਰਕ ਘੋਸ਼ਣਾਵਾਂ ਦੇ ਨਾਲ ਨਾ ਕੇਵਲ ਅਸੰਗਤ ਬਲਕਿ ਅਤੀਤ ਅਤੇ ਵਰਤਮਾਨ ਵਿੱਚ ਮਾਰਕਸਵਾਦ ਉੱਤੇ ਲਗਾਤਾਰ ਬਹਿਸ ਹੈ ਜਿਹੜਾ ਪੋਸਟ ਮਾਰਕਸਿਜ਼ਮ ਕਰਦਾ ਆਇਆ ਹੈ ਜੋ ਕਿ ਇਨਲੋਜੀਕਲ ਹੈ ਅਤੇ ਉਸਦੇ ਉੱਤਰ ਮਾਰਕਸਵਾਦੀ ਵੰਸ਼ ਦੇ ਬਹਿਸ ਅਤੇ ਵਿਰੋਧਾਭਾਸ ਦਾ ਇੱਕ ਆਭਾਸ ਹੈ। ਠੀਕ ਹੈ, ਤੋ ਪੋਸਟ ਮਾਰਕਸਿਜ਼ਮ ਥਰੂ ਜਿਹੜਾ ਕੋਨਸੈਪਸ਼ਨ ਹੈ ਜਿਹੜਾ ਮਾਰਕਸਿਜ਼ਮ ਦਾ ਕ੍ਰਿਟਿਸਿਜ਼ਮ ਕੀਤਾ ਗਿਆ ਸੀ ਉਸ ਕ੍ਰਿਟਿਸਿਜ਼ਮ ਨੂੰ ਪ੍ਰੋਪਰਲੀ ਐਕਸਪਲੇਨ ਕਰਨ ਵਿੱਚ ਪੋਸਟ ਮਾਰਕਸਿਜ਼ਮ ਹੈ ਜਿਹੜਾ ਸਫਲ ਨਹੀਂ ਹੋ ਸਕਿਆ। ਉਹ ਇੱਕ ਲਿੰਗ ਜਾਤੀ ਅਤੇ ਇੱਕ ਜਾਤੀ ਦੇ ਲਈ ਕੀ ਹੈ ਕੰਮ ਕਰਦਾ ਆਇਆ ਹੈ, ਇੱਕ ਖਾਸ ਵਰਗ ਲਈ ਕੰਮ ਕਰਦਾ ਆਇਆ ਹੈ। ਇਸ ਸੰਬੰਧੀ ਮਾਰਕਸਵਾਦੀ ਵਿਚਾਰਧਾਰਾ ਦਾ ਖੰਡਨ ਕੀਤਾ ਸੀ ਜੋ ਜਿਸਨੂੰ ਪ੍ਰੋਪਰਲੀ ਐਕਸਪਲੇਨ ਨਹੀਂ ਕੀਤਾ ਹੈ। ਪੂੰਜੀਵਾਦੀ ਵਰਗ ਦੇ ਕਿਹੜੇ ਕੰਮ ਹਨ, ਕਿਹੜੇ ਕੰਮ ਉਸਨੂੰ ਕਰਨੇ ਚਾਹੀਦੇ ਹਨ ਉਸ ਬਾਰੇ ਕੋਈ ਐਕਸਪਲੇਨੇਸ਼ਨ ਜਿਹੜੀ ਪੋਸਟ ਮਾਰਕਸਿਜ਼ਮ ਰਾਹੀਂ ਨਹੀਂ ਦੱਸਿਆ ਗਿਆ। ਇਸ ਪ੍ਰਕਾਰ ਅਨੇਕਾਂ ਵਿਚਾਰਧਾਰਾਵਾਂ ਹਨ ਜਿਨ੍ਹਾਂ ਤੇ ਪੋਸਟ ਮਾਰਕਸਿਜ਼ਮ ਨੇ ਗੱਲਬਾਤ ਕਰਨਾ ਜ਼ਰੂਰੀ ਨਹੀਂ ਸਮਝਿਆ ਹੈ। ਸੋ ਇਹ ਸੀ ਮੇਰੀ ਪੋਸਟ ਮਾਰਕਸਿਜ਼ਮ ਨਾਲ ਰਿਲੇਟਡ ਫਸਟ ਵੀਡੀਓ। ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ। ਥੈਂਕ ਯੂ।